ਅੱਜ ਚੰਡੀਗੜ੍ਹ ਵਿਚ ਮੁੱਖ ਮੰਤਰੀ ਬਾਦਲ ਦੀ ਰਿਹਾਇਸ਼ ਦੇ ਬਾਹਰ ਬੇਰੁਜ਼ਗਾਰੀ ਤੋਂ ਤੰਗ ਇੱਕ ਔਰਤ ਨੇ ਅੱਗ ਲਗਾ ਕੇ ਆਤਮ ਹੱਤਿਆ ਦੀ ਕੀਤੀ ਕੋਸ਼ਿਸ਼, ਮੁੱਖ ਮੰਤਰੀ ਨੇ ਦੱਸਿਆ ਮੰਦਭਾਗਾ। ਪੰਜਾਬ ਸਰਕਾਰ ਦੇ ਵੱਲੋਂ ਸਰਹੱਦੀ ਜ਼ਿਲ੍ਹਿਆਂ ਦੇ ਲੋਕਾਂ ਨੂੰ 24 ਘੰਟੇ ਬਿਜਲੀ ਸਪਲਾਈ ਦੇਣ ਦਾ ਫੈਸਲਾ, 18 ਸੰਗਤ ਦਰਸ਼ਨ ਦੌਰਾਨ ਮੁੱਖ ਮੰਤਰੀ ਬਾਦਲ ਨੇ ਕੀਤਾ ਐਲਾਨ। ਮਰੀਜ਼ਾਂ ਦੇ ਲਈ ਫ੍ਰੀ ਐਂਬੂਲੈਂਸ ਸੇਵਾ ਬਣੀ ਡਰਾਈਵਰਾਂ ਦੇ ਲਈ ਮੁਸੀਬਤ, ਕੰਪਨੀ ਵੱਲੋਂ ਨਵੇਂ ਡਰਾਈਵਰ ਭਰਤੀ ਕਰਨ ਦਾ ਡਰਾਈਵਰਾਂ ਦੇ ਵੱਲੋਂ ਵਿਰੋਧ, ਅੰਮ੍ਰਿਤਸਰ ਦੇ ਵਿੱਚ ਧਰਨਾ। ਅਤੇ ਸਾਂਸਦਾਂ ਦੇ ਇਤਰਾਜ਼ਯੋਗ ਬਿਆਨਾਂ ਦੇ ਕਾਰਨ ਵਿਰੋਧੀਆਂ ਦੇ ਨਿਸ਼ਾਨੇ ਤੇ ਮੋਦੀ ਸਰਕਾਰ, ਗੋਡਸੇ ਦੀ ਪ੍ਰਸ਼ੰਸਾ ਬਿਆਨ ਤੇ ਸਾਕਸ਼ੀ ਮਹਾਰਾਜ ਨੇ ਜਿਤਾਇਆ ਖੇਦ, ਪਰ ਕਾਂਗਰਸ ਤੇ ਕੱਸਿਆ ਨਿਸ਼ਾਨਾ। ਜੀ ਬੁਲੇਟਿਨ ਦਾ ਆਗਾਜ਼ ਕਰਦੇ ਹਾਂ ਅੱਜ ਦੀ ਅਹਿਮ ਖਬਰ ਦੇ ਨਾਲ, ਤੇ ਖਬਰ ਚੰਡੀਗੜ੍ਹ ਤੋਂ ਹੈ ਜਿੱਥੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਕੋਠੀ ਦੇ ਬਾਹਰ ਅੱਜ ਉਸ ਵੇਲੇ ਭਗਦੜ ਮਚ ਗਈ ਜਦੋਂ ਇੱਕ ਔਰਤ ਦੇ ਵੱਲੋਂ ਅੱਗ ਲਗਾ ਕੇ ਆਤਮਦਾਹ ਕਰਨ ਦੀ ਕੋਸ਼ਿਸ਼ ਕੀਤੀ ਗਈ, ਜਿਸ ਤੋਂ ਬਾਅਦ ਗੰਭੀਰ ਜ਼ਖਮੀ ਹਾਲਤ ਦੇ ਵਿੱਚ ਉਕਤ ਔਰਤ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਅੱਗ ਦੇ ਵਿੱਚ ਝੁਲਸੀ ਔਰਤ ਤਕਰੀਬ 30% ਝੁਲਸ ਚੁੱਕੀ ਹੈ, ਜਿਸ ਦਾ ਡਾਕਟਰਾਂ ਦੇ ਵੱਲੋਂ ਇਲਾਜ ਜਾਰੀ ਹੈ। ਦਰਅਸਲ ਨੌਕਰੀ ਦੀ ਮੰਗ ਨੂੰ ਲੈ ਕੇ ਪੀੜਤ ਔਰਤ ਨੇ ਇਹ ਕਦਮ ਚੁੱਕਿਆ। ਉਧਰ ਕਾਂਗਰਸ ਨੇਤਾ ਸੁਨੀਲ ਕੁਮਾਰ ਜਾਖੜ ਨੇ ਇਸ ਮਾਮਲੇ ਤੇ ਸਰਕਾਰ ਨੂੰ ਕੋਸਿਆ। ਸਭ ਤੋਂ ਪਹਿਲਾਂ ਤਾਂ ਬਹੁਤ ਹੀ ਦੁਰਭਾਗਪੂਰਨ ਆ ਜਿਹੜੇ ਘਟਨਾ ਵਾਪਰੀ ਹੈ, ਇਸ ਗੱਲ ਦੀ ਅਰਦਾਸ ਕਰਦੇ ਹਾਂ ਵੀ ਸਭ ਤੋਂ ਪਹਿਲਾਂ ਬੱਚੀ ਤੰਦਰੁਸਤ ਹੋਵੇ, ਉਹਦੀ ਜਾਨ ਕਿਸੇ ਤੇ ਉਹ ਵਾਪਸ ਆਪਣੇ ਪੈਰਾਂ ਤੇ ਖੜੀ ਹੋ ਸਕੇ, ਇਸ ਗੱਲ ਦੀ ਅਸੀਂ ਕਰਦੇ ਹਾਂ। ਜੇ ਘਟਨਾ ਦਾ ਸਵਾਲ ਹੈ, ਮੈਂ ਸਮਝਦਾ ਪੰਜਾਬ ਦੇ ਵਾਸਤੇ ਇੱਕ ਬੜਾ ਹੀ ਕਾਲਾ ਦਿਨ ਹੈ, ਬਲੈਕ ਡੇ ਇਨ ਦਾ ਹਿਸਟਰੀ ਆਫ ਪੰਜਾਬ। ਤੇ ਉਧਰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਆਤਮਦਾਹ ਕਰਨ ਦੇ ਮਾਮਲੇ ਨੂੰ ਦੁਖਦਾਈ ਅਤੇ ਮੰਦਭਾਗਾ ਦੱਸਿਆ। ਇਨਫੋਰਮੇਸ਼ਨ ਤਾਂ ਮੈਨੂੰ ਮਿਲ ਜਾਂਦੀ ਹੈ, ਲੇਕਿਨ ਉਹ ਦੱਸਦੇ ਵੀ ਨੌਕਰੀ ਨਹੀਂ ਮਿਲੀ। ਨੌਕਰੀ ਜਿਹੜੀ ਮਿਲਦੀ ਆ ਉਹਦਾ ਤਰੀਕਾ ਸਾਰੇ ਹਿੰਦੁਸਤਾਨ 'ਚ ਕਿ ਕੋਈ ਨੌਕਰੀ ਨਿਕਲਦੀ ਆ ਉਹਦੇ ਅਰਜ਼ੀਆਂ ਲੈਂਦੇ, ਫਿਰ ਉਹਦਾ ਟੈਸਟ ਹੁੰਦਾ, ਫਿਰ ਉਹਦੀ ਇੰਟਰਵਿਊ ਹੁੰਦੇ, ਫਿਰ ਲੈਂਦਾ। ਛੋਟੀ ਤੋਂ ਵੱਡੀ ਨੌਕਰੀ ਸਿੱਧੀ ਤਾਂ ਕੋਈ ਦੇ ਨਹੀਂ ਸਕਦਾ। ਹੁਣ ਹਰ ਇੱਕ ਨੂੰ ਕੋਈ ਨੌਕਰੀ ਹਰ ਇੱਕ ਬੰਦੇ ਨੂੰ ਨਹੀਂ ਦਿੱਤੀ ਜਾ ਸਕਦੀ, ਕੋਈ ਵੀ ਕੋਈ ਸਰਕਾਰ ਨਹੀਂ ਦੇ ਸਕਦੀ। ਕੋਈ ਕਿਤੇ ਲੱਗਣ, ਕੋਈ ਕੰਮ ਲੱਗਣ, ਉਹਦੇ 'ਚ ਜਿਹੜੀ ਮਦਦ ਅਸੀਂ ਕਰ ਸਕਦੇ। ਤੇ ਗੱਲ ਕਰਦੇ ਹਾਂ ਅਗਲੀ ਖਬਰ ਦੀ। ਸੰਗਤ ਦਰਸ਼ਨਾਂ ਦੀ ਲੜੀ ਦੇ ਤਹਿਤ ਮੁੱਖ ਮੰਤਰੀ ਬਾਦਲ ਨੇ ਅੱਜ ਦੂਜੇ ਦਿਨ ਅਟਾਰੀ ਦਾ ਦੌਰਾ ਕੀਤਾ, ਜਿੱਥੇ ਉਹਨਾਂ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਸਰਹੱਦੀ ਜ਼ਿਲ੍ਹਿਆਂ ਦੇ ਲੋਕਾਂ ਨੂੰ ਵੱਡੀ ਰਾਹਤ ਦਿੰਦਿਆਂ 24 ਘੰਟੇ ਬਿਜਲੀ ਸਪਲਾਈ ਦੇਣ ਦਾ ਐਲਾਨ ਕੀਤਾ। ਮੁੱਖ ਮੰਤਰੀ ਬਾਦਲ ਨੇ ਕਿਹਾ ਕਿ ਸਰਹੱਦੀ ਇਲਾਕਿਆਂ ਦੇ ਵਸਨੀਕਾਂ ਨੂੰ ਸਤਿਕਾਰ ਦੇ ਤੌਰ ਤੇ ਸ਼ਹਿਰੀ ਤਰਜ਼ ਤੇ ਘਰੇਲੂ ਬਿਜਲੀ ਸਪਲਾਈ ਸਕੀਮ ਤਹਿਤ ਡੇਰਿਆਂ ਅਤੇ ਢਾਣੀਆਂ ਦੇ ਵਿੱਚ ਵੀ ਇਹ ਸਹੂਲਤ ਦਿੱਤੀ ਜਾਵੇਗੀ, ਕਿਉਂ ਜੋ ਸਰਹੱਦੀ ਇਲਾਕਿਆਂ ਦੇ ਬਸ਼ਿੰਦੇ ਸੱਚੇ ਦੇਸ਼ ਭਗਤ ਹੁੰਦੇ ਨੇ, ਜਿਹੜੇ ਦੇਸ਼ ਦੀ ਏਕਤਾ ਅਤੇ ਅਖੰਡਤਾ ਦੀ ਰਾਖੀ ਦੇ ਲਈ ਹਰ ਮੁਸੀਬਤ ਦਾ ਦਲੇਰੀ ਦੇ ਨਾਲ ਟਾਕਰਾ ਕਰਦੇ ਨੇ। ਸੰਗਤ ਦਰਸ਼ਨ ਦੇ ਨਾਲ ਲੋਕਾਂ ਦੀਆਂ ਪ੍ਰੋਬਲਮ ਦਾ ਪਤਾ ਲੱਗਦਾ ਬਹੁਤ, ਖਾਸ ਕਰਕੇ ਜਿਹੜੇ ਬਾਰਡਰ ਦੇ ਲੋਕ ਰਹਿਣ ਵਾਲੇ ਆ, ਇਹ ਅਸਲ 'ਚ ਅਸਲੀ ਮਾਇਨਿਆਂ 'ਚ ਦੇਸ਼ ਭਗਤ ਲੋਕ ਹੈ। ਅਸੀਂ ਫੈਸਲੇ ਕੀਤੇ ਆ ਕੁਛ, ਤਾਂ ਇੱਕ ਤਾਂ ਇਹ ਫੈਸਲਾ ਹੈ ਕਿ ਜਿਹੜੇ ਤਾਰ ਤੋਂ ਅੱਗੇ ਲੋਕ ਖੇਤੀ ਕਰਦੇ ਆ ਉਹਨਾਂ ਨੂੰ 3000 ਰੁਪਇਆ ਏਕੜ ਗ੍ਰਾਂਟ ਦਿੰਦੇ ਹਰ ਸਾਲ, ਤਾਂ ਕਿ ਉਹਨਾਂ ਨੂੰ ਉਹ ਕੰਪਨਸੇਸ਼ਨ ਹੋ ਸਕੇ, ਕਿਉਂਕਿ ਤਾਰਾਂ ਤੋਂ ਅੱਗੇ ਜਿਹੜੀ ਖੇਤੀ ਹੈ ਬੜੀ ਮੁਸ਼ਕਲ। ਇੱਕ ਇਹ ਵੀ ਕਰਤਾ ਕਿ ਬਾਰਡਰ ਪੱਟੀ 'ਚ ਕੋਈ ਵੀ ਘਰ ਹੈ ਕਿੰਨੀ ਦੂਰ ਹੈ ਉਹਨੂੰ 24 ਘੰਟੇ ਬਿਜਲੀ ਮਿਲਦੀ ਹੈ, ਔਰ ਅੱਜ ਇਸੇ ਕਰਕੇ ਇੱਥੇ ਆਏ ਹਾਂ
ਕਿ ਜੋ ਉਹਨਾਂ ਦੀਆਂ ਤਕਲੀਫਾਂ ਇੱਕ ਇੱਕ ਸੁਣ ਕੇ ਉਹਨਾਂ ਦੀ ਵੱਧ ਤੋਂ ਵੱਧ ਮਦਦ ਕਰੇ। ਤੇ ਪੰਜਾਬ ਸਰਕਾਰ ਦੇ ਵੱਲੋਂ ਮਰੀਜ਼ਾਂ ਨੂੰ ਨਜ਼ਦੀਕੀ ਹਸਪਤਾਲਾਂ ਤੱਕ ਪਹੁੰਚਾਉਣ ਦੇ ਲਈ ਫ੍ਰੀ ਐਂਬੂਲੈਂਸ ਸੇਵਾ ਦਿੱਤੀ ਗਈ ਹੈ, ਪਰ ਇਹ ਸੇਵਾ ਸਮੇਂ ਦੇ ਨਾਲ ਨਾਲ ਇਸ ਨੂੰ ਚਲਾਉਣ ਵਾਲੇ ਡਰਾਈਵਰਾਂ ਦੇ ਲਈ ਮੁਸੀਬਤ ਬਣ ਗਈ ਹੈ। ਦਰਅਸਲ ਇਹਨਾਂ ਗੱਡੀਆਂ ਨੂੰ ਸ਼ੁਰੂ ਕਰਨ ਵਾਲੀ ਕੰਪਨੀ ਦੇ ਵੱਲੋਂ ਪਹਿਲਾਂ ਠੇਕੇ ਤੇ ਡਰਾਈਵਰਾਂ ਦੀ ਭਰਤੀ ਕੀਤੀ ਗਈ ਸੀ, ਜਿਨ੍ਹਾਂ ਨੂੰ ਬਾਅਦ ਵਿੱਚ ਪੱਕੇ ਕਰਨ ਦਾ ਵੀ ਭਰੋਸਾ ਦਿੱਤਾ ਗਿਆ ਸੀ, ਪਰ ਹੁਣ ਕੰਪਨੀ ਦੇ ਵੱਲੋਂ ਪੁਰਾਣੇ ਮੁਲਾਜ਼ਮਾਂ ਨੂੰ ਕੱਢ ਕੇ ਨਵੇਂ ਮੁਲਾਜ਼ਮਾਂ ਦੀ ਭਰਤੀ ਕਰਨ ਦੇ ਵਿਰੋਧ ਦੇ ਵਿੱਚ ਬੇਰੁਜ਼ਗਾਰ ਡਰਾਈਵਰਾਂ ਨੇ ਸੰਘਰਸ਼ ਦਾ ਰਾਹ ਅਖਤਿਆਰ ਕਰਦਿਆਂ ਅੰਮ੍ਰਿਤਸਰ ਐਡੀਸ਼ਨਲ ਡਿਪਟੀ ਕਮਿਸ਼ਨਰ ਨੂੰ ਇੱਕ ਮੰਗ ਪੱਤਰ ਸੌਂਪਿਆ। ਇਹਨਾਂ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਪੁਰਾਣੇ ਮੁਲਾਜ਼ਮਾਂ ਨੂੰ ਤੁਰੰਤ ਬਹਾਲ ਕੀਤਾ ਜਾਵੇ ਅਤੇ ਠੇਕੇਦਾਰੀ ਸਿਸਟਮ ਨੂੰ ਬੰਦ ਕੀਤਾ ਜਾਵੇ। ਹੈਗੇ ਆ ਉਹਨਾਂ ਨੂੰ ਜਾ ਕੇ ਲੁਧਿਆਣੇ ਪਟਿਆਲੇ ਲਾਇਆ ਜਾਂਦਾ, ਉੱਥੇ ਖਾਣ ਦਾ ਰਹਿਣ ਦਾ ਕੋਈ ਪ੍ਰਬੰਧ ਨਹੀਂ ਹੁੰਦਾ, ਔਰ 7200 ਰੁਪਈਆ ਡਰਾਈਵਰ ਨੂੰ ਔਰ 84-70 ਰੁਪਈਆ ਜਿਹੜਾ ਆ ਉਹ ਸਾਡਾ ਜਿਹੜਾ ਫਾਰਮਾਸਿਸਟ ਆ ਉਹਨੂੰ ਤਨਖਾਹ ਦੇ ਰਿਹਾ। ਇਹਨਾਂ ਨੇ ਸਟ੍ਰਾਈਕ ਦੇ ਦੌਰਾਨ ਸਾਡੇ 350 ਦੇ ਕਰੀਬ ਜਿਹੜੇ ਮੁਲਾਜ਼ਮ ਹੈਗੇ ਬਿਨਾਂ ਵਜ੍ਹਾ ਬਿਨਾਂ ਨੋਟਿਸ ਦੇ ਕੋਈ ਵੀ ਅਗਾਊਂ ਫੰਡ ਪੈਸੇ ਦਿੱਤੇ ਜਾਂ ਕਿਸੇ ਤਰ੍ਹਾਂ ਦੇ ਨੋਟਿਸ ਦਾ ਸਾਨੂੰ ਬਾਹਰ ਕੱਢਤਾ। ਅਸੀਂ ਉਸ ਸਿਲਸਿਲੇ ਦੇ ਵਿੱਚ ਫਿਰ ਹਾਈਕੋਰਟ ਵਿੱਚ ਰਿਟ ਲਈ ਸੀ ਜੀ, ਉਹਦੇ ਵਿੱਚ ਸਾਡਾ ਸਟੇਅ ਹੋ ਗਿਆ, ਸਾਨੂੰ ਇਹਨਾਂ ਨੇ ਦੁਬਾਰਾ ਫਿਰ ਡਿਊਟੀਆਂ 'ਤੇ ਜੁਆਇਨ ਕਰਤਾ, ਲੇਕਿਨ ਸਾਨੂੰ ਇਹਨਾਂ ਨੇ 200-200 ਕਿਲੋਮੀਟਰ ਦੂਰ ਬਦਲੀਆਂ ਸਾਡੀਆਂ ਕਰ ਦਿੱਤੀਆਂ। ਸਾਰੇ ਮਰੀਜ਼ਾਂ ਦੀ ਜਾਨ ਜਾਂਦੀ ਆ, ਲੇਕਿਨ ਸਾਡੇ ਵੀ ਘਰਦਿਆਂ ਦੀ ਹੁਣ ਇਸ ਟਾਈਮ ਜਾਨ ਜਾ ਰਹੀ ਆ, ਅਸੀਂ ਉਹਨੂੰ ਵੀ 5 ਮਹੀਨਿਆਂ ਤੋਂ ਵਿਹਲੇ ਕੀਤਾ ਆ ਅਤੇ ਸਾਡੇ ਬਾਰੇ ਵੀ ਕੁਝ ਸੋਚਿਆ ਜਾਵੇ। ਜੀ ਉੱਧਰ ਮੋਹਾਲੀ ਦੇ ਵਿਖੇ ਟੈਕਨੀਕਲ ਸਰਵਿਸ ਯੂਨੀਅਨ ਅਤੇ PSCB ਇੰਪਲੋਈਜ਼ ਫੈਡਰੇਸ਼ਨ ਦੇ ਮੁਲਾਜ਼ਮਾਂ ਦੇ ਵੱਲੋਂ ਉਪ ਮੁੱਖ ਇੰਜੀਨੀਅਰ ਦੇ ਦਫ਼ਤਰ ਦੇ ਸਾਹਮਣੇ ਆਪਣੀਆਂ ਮੰਗਾਂ ਨੂੰ ਲੈ ਕੇ ਰੋਸ ਧਰਨਾ ਦਿੱਤਾ ਗਿਆ। ਮੁਲਾਜ਼ਮਾਂ ਦਾ ਕਹਿਣਾ ਸੀ ਕਿ ਜੇਕਰ ਉਹਨਾਂ ਦੀਆਂ ਮੰਗਾਂ ਦੇ ਸਬੰਧੀ ਤੁਰੰਤ ਫੈਸਲਾ ਨਾ ਕੀਤਾ ਗਿਆ ਤਾਂ ਉਹ ਆਪਣੇ ਸੰਘਰਸ਼ ਨੂੰ ਹੋਰ ਵੀ ਤੇਜ਼ ਕਰ ਦੇਣਗੇ, ਜਿਸ ਦੀ ਜ਼ਿੰਮੇਵਾਰ ਪਾਵਰ ਕਾਰਪੋਰੇਸ਼ਨ ਅਤੇ ਪੰਜਾਬ ਸਰਕਾਰ ਹੋਵੇਗੀ। ਇਸ ਮੌਕੇ ਪ੍ਰਬੰਧਕਾਂ ਦੇ ਖਿਲਾਫ਼ ਨਾਅਰੇਬਾਜ਼ੀ ਕਰਦਿਆਂ ਉਹਨਾਂ ਕਿਹਾ ਕਿ ਵਰਕ ਟੂ ਰੂਲ ਨਿਯਮ ਅੱਜ ਤੋਂ ਲਾਗੂ ਕਰ ਦਿੱਤਾ ਜਾਵੇਗਾ। ਮੰਗ ਇਹ ਹੈ ਵੀ ਸਾਡਾ ਜਿਹੜਾ ਸਟਾਫ ਹੈ ਉਹ ਦਿਨੋਂ ਦਿਨ ਘੱਟ ਰਿਹਾ, ਕੰਮ ਵੱਧ ਰਿਹਾ, ਰੋਜ਼ ਐਕਸੀਡੈਂਟ ਹੋ ਰਹੇ ਨੇ, ਉਹਦੇ ਵਾਸਤੇ ਵੀ ਬੋਰਡ ਨੂੰ ਅਤੇ ਪੰਜਾਬ ਸਰਕਾਰ ਨੂੰ ਇਹ ਮੰਗ ਕਰਦੇ ਹਾਂ ਵੀ ਜਿਹੜੀ ਸਾਡੀ ਭਰਤੀ ਹੈ ਰੈਗੂਲਰ ਕੀਤੀ ਜਾਵੇ ਅਤੇ ਕੰਮ ਦੇ ਹਿਸਾਬ ਨਾਲ ਜਿਹੜੇ ਆ ਪੋਸਟਾਂ ਵਧਾਈਆਂ ਜਾਣ ਅਤੇ ਅੱਜ ਤੋਂ ਪੂਰੇ ਪੰਜਾਬ ਅੰਦਰ ਵਰਕ ਟੂ ਰੂਲ ਜਿਹੜਾ ਉਹ ਚਾਲੂ ਹੋ ਰਿਹਾ, ਉਹਦੇ ਵਿੱਚ ਅਸੀਂ ਆਪਣਾ ਪੂਰਾ ਟਾਈਮ ਦੇ ਵਿੱਚ ਕੰਮ ਕਰਨਾ, ਜਿਹੜੇ ਜਿਹੜੇ ਸਾਨੂੰ ਭੱਤੇ ਮਿਲਦੇ ਆ, ਜਿਹਨੂੰ ਸਾਈਕਲ ਲਾਉਂਸ ਮਿਲਦਾ ਉਹਨੇ ਸਾਈਕਲਾਂ 'ਤੇ ਜਾਣਾ, ਜਿਹਨੂੰ ਸਕੂਟਰ ਲਾਉਂਸ ਮਿਲਦਾ ਉਹਨੇ ਸਕੂਟਰਾਂ 'ਤੇ ਜਾਣਾ, ਜਿੰਨਾ ਚਿਰ 9-5 ਅਸੀਂ ਡਿਊਟੀ ਕਰਨੀ ਹੈ ਉਦੋਂ ਬਾਅਦ ਅਸੀਂ ਕੰਮ ਨਹੀਂ ਕਰਨਾ, ਇਹ ਅੱਜ ਤੋਂ ਪੂਰੇ ਪੰਜਾਬ ਅੰਦਰ ਦੋਵਾਂ ਜਥੇਬੰਦੀਆਂ ਵੱਲੋਂ ਲਾਗੂ ਹੋ ਰਿਹਾ। ਜੀ ਉੱਧਰ 1971 ਦੇ ਭਾਰਤ ਪਾਕਿਸਤਾਨ ਯੁੱਧ ਦੇ ਦੌਰਾਨ ਸ਼ਹੀਦ ਹੋਏ BSF ਦੇ ਮਹਾਨ ਸੂਰਬੀਰਾਂ ਨੂੰ ਫਿਰੋਜ਼ਪੁਰ BSF ਦੀ ਚੈੱਕ ਪੋਸਟ ਰਾਜਾ ਮੋਤਮ ਚੌਂਕੀ ਵਿਖੇ ਸ਼ਹੀਦੀ ਸਮਾਗਮ ਮਨਾ ਕੇ ਸ਼ਰਧਾਂਜਲੀਆਂ ਦਿੱਤੀਆਂ ਗਈਆਂ, ਜਿਸ ਦੇ ਵਿੱਚ BSF ਫਿਰੋਜ਼ਪੁਰ ਰੇਂਜ ਦੇ DIG ਰਵੀ ਕੁਮਾਰ ਥਾਪਾ ਮੁੱਖ ਮਹਿਮਾਨ ਦੇ ਵਜੋਂ ਹਾਜ਼ਰ ਹੋਏ। ਥਾਪਾ ਨੇ ਕਿਹਾ ਕਿ ਅੱਜ ਅਸੀਂ ਇਹਨਾਂ ਸੂਰਬੀਰਾਂ ਦੀ ਵੀਰਤਾ ਦੇ ਕਾਰਨ ਹੀ ਆਜ਼ਾਦੀ ਦੀ ਨਿੰਘ ਮਾਣ ਰਹੇ ਹਾਂ, ਨੌਜਵਾਨਾਂ ਨੂੰ ਇਹਨਾਂ ਦੀ ਮਹਾਨ ਸ਼ਹੀਦੀ ਤੇ ਫਖਰ ਮਹਿਸੂਸ ਕਰਦਿਆਂ ਦੇਸ਼ ਦੀ ਰੱਖਿਆ ਅਤੇ ਮਾਣ ਮਰਿਆਦਾ ਕਾਇਮ ਰੱਖਣ ਦੇ ਲਈ ਅੱਗੇ ਆਉਣਾ ਚਾਹੀਦਾ ਹੈ। ਭਾਰਤ ਪਾਕ ਯੁੱਧ ਹੁਆ ਥਾ, ਸਭ ਜਾਣਤੇ ਹੈ, ਉਸ ਸਮੇਂ ਖਾਸ ਕਰਕੇ 7 ਔਰ 11 ਤਾਰੀਖ ਕੇ ਬੀਚ ਮੇਂ ਬਹੁਤ ਤਗੜਾ ਲੜਾਈ ਹੁਆ ਯਹਾਂ ਪੇ। ਯੇ ਪੋਸਟ ਪਾਕਿਸਤਾਨ ਨੇ ਲੈ ਲਿਆ ਥਾ ਪਹਿਲੇ, ਵਾਪਸ BSF ਨੇ ਆਪਣੇ ਬਾਦਵਾ ਸਾਹਿਬ ਕੇ ਅੰਡਰ ਪੇ ਇਸ ਪੇ ਦੁਬਾਰਾ ਅਟੈਕ ਕਰਕੇ ਇਸਕੋ ਵਾਪਸ ਲਿਆ ਹੁਆ। ਵੋ ਉਸ ਬਹਾਦੁਰ ਪੇ ਉਸ 11 ਤਾਰੀਖ ਕੋ ਫਿਰ ਉਹ ਸ਼ਹੀਦ ਹੋ ਗਏ ਥੇ, ਉਨਕੇ ਸਾਥ 8 ਲੋਗ ਔਰ ਸ਼ਹੀਦ ਹੋਏ ਥੇ, ਉਸ ਇਸ ਯਾਦ ਕੋ ਹਮ ਇਸ ਦਿਨ ਮਨਾਤੇ ਹੈਂ।
ਫਖਰ ਕੀ ਬਾਤ ਹੈ ਕਿ ਅੱਜ 43 ਸਾਲ ਹੋ ਗਏ ਔਰ ਇਹ BSF ਕਾ ਪਿਆਰ ਹੀ ਹੈ ਜੋ ਹਮੇ ਖਿੱਚ ਕੇ ਲਾਤਾ ਹੈ। ਮੈਂ ਬਦਵਾ ਸਾਹਿਬ ਕੇ ਸਾਥ ਸਾਥ ਉਨ ਸਭ ਸ਼ਹੀਦੋਂ ਕੋ ਸਲਾਮ ਕਰਨਾ ਚਾਹੂੰਗਾ। ਜੀ ਅਗਲੀ ਖਬਰ ਡੇਰਾ ਬੱਸੀ ਤੋਂ ਹੈ ਜਿੱਥੇ ਸਬ ਡਿਵੀਜ਼ਨ ਅੰਦਰ ਪ੍ਰਦੂਸ਼ਣ ਦੀ ਰੋਕਥਾਮ ਦੇ ਲਈ ਕਈ ਉਪਰਾਲੇ ਕਰਨ ਤੋਂ ਬਾਅਦ ਵੀ ਪ੍ਰਸ਼ਾਸਨ ਨਾਕਾਮਯਾਬ ਦਿਖਾਈ ਦੇ ਰਿਹਾ ਜਿਸ ਦੇ ਕਾਰਨ ਲੋਕਾਂ ਦੇ ਵਿੱਚ ਨਿਰਾਸ਼ਾ ਦਾ ਮਾਹੌਲ ਬਣਿਆ ਹੋਇਆ। ਡੇਰਾ ਬੱਸੀ ਦੇ ਪਿੰਡ ਜਾਵਰਪੁਰ ਦੇ ਲੋਕਾਂ ਨੇ ਇੱਥੋਂ ਦੀ ਇੰਡੋ ਸ਼ਿਫਟ ਕੰਪਨੀ ਦੇ ਜ਼ਹਿਰੀਲਾ ਅਤੇ ਗੰਦਾ ਪਾਣੀ ਛੱਡਣ ਦੇ ਦੋਸ਼ ਲਗਾਏ ਨੇ। ਪਿੰਡ ਵਾਸੀਆਂ ਦੇ ਮੁਤਾਬਕ ਕੰਪਨੀ ਵੱਲੋਂ ਰਾਤ ਸਮੇਂ ਜ਼ਹਿਰੀਲਾ ਅਤੇ ਗੰਦਾ ਪਾਣੀ ਛੱਡਿਆ ਜਾਂਦਾ ਜਿਸ ਦੇ ਨਾਲ ਪਿੰਡ ਵਿੱਚ ਕਈ ਪ੍ਰਕਾਰ ਦੀਆਂ ਬਿਮਾਰੀਆਂ ਫੈਲਣ ਦਾ ਖਤਰਾ ਮੰਡਰਾ ਰਿਹਾ। ਇਸ ਸਬੰਧੀ ਕਈ ਵਾਰ ਕੰਪਨੀ ਪ੍ਰਬੰਧਕਾਂ ਨੂੰ ਵੀ ਸੂਚਿਤ ਕੀਤਾ ਜਾ ਚੁੱਕਿਆ ਪਰ ਉਹਨਾਂ ਦੇ ਕੰਨ ਤੇ ਜੂ ਨਹੀਂ ਸਰਕਦੀ। ਉਧਰ ਪ੍ਰਦੂਸ਼ਣ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਲਦ ਹੀ ਮਾਮਲੇ ਦੀ ਨਿਰਪੱਖ ਜਾਂਚ ਕੀਤੀ ਜਾਵੇਗੀ। ਕੈਮੀਕਲ ਦਾ ਇਹ ਦਵਾਈਆਂ ਦਾ ਇਹਦਾ ਨੁਕਸਾਨ ਇਹੀ ਹੈ ਕਿ ਬੰਦੇ ਬਿਮਾਰ ਹੋ ਰਹੇ ਬਹੁਤ ਜ਼ਿਆਦਾ, ਅਸੀਂ ਤੇ ਡੰਗਰ ਵੀ ਹੋ ਰਹੇ ਹਾਂ। ਨਹੀਂ ਸਰ, ਹਮਾਰਾ ਜੋ ਪਲਾਂਟ ਹੈ ਆਲਰੇਡੀ ਇੱਕ ਸਾਲ ਸੇ ਬੰਦ ਪੜਾ ਹੁਆ ਹੈ, ਪਾਣੀ ਤੋਂ ਇਤਨਾ ਨਿਕਲ ਨਹੀਂ ਰਹਾ, ਮਤਲਬ ਪਾਣੀ ਹੋ ਨਹੀਂ ਰਹਾ, ਅਦਰਵਾਇਜ਼ ਪਲਾਂਟ ਹਮਾਰਾ ਇੱਕ ਸਾਲ ਸੇ ਬੰਦ ਪੜਾ ਹੈ ਤੋ ਪਾਣੀ ਐਸੇ ਬਾਹਰ ਜਾ ਸਕਤਾ ਨਹੀਂ। ਤੇ ਅਗਲੀ ਗੱਲ ਪੰਜਾਬ ਦੀ ਕਰਦੇ ਹਾਂ ਜਿੱਥੇ ਨਿਤ ਵਾਪਰਦੇ ਸੜਕੀ ਹਾਦਸਿਆਂ ਦੇ ਕਾਰਨ ਹੁਣ ਤੱਕ ਅਨੇਕਾਂ ਕੀਮਤੀ ਜਾਨਾਂ ਚਾ ਚੁੱਕੀਆਂ ਨੇ। ਉੱਥੇ ਹੁਣ ਇਸ ਮਾਮਲੇ ਦੀ ਗੰਭੀਰਤਾ ਨੂੰ ਵੇਖਦਿਆਂ ਪਹਿਲੀ ਵਾਰ ਸੂਬੇ ਦੀਆਂ ਰਾਜਸੀ ਪਾਰਟੀਆਂ ਇਕਜੁੱਟ ਹੁੰਦੀਆਂ ਨਜ਼ਰ ਆ ਰਹੀਆਂ ਨੇ ਜਿਸ ਨੂੰ ਲੈ ਕੇ 72 ਵਿਧਾਇਕਾਂ ਨੇ ਸੂਬੇ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਇੱਕ ਚਿੱਠੀ ਲਿਖੀ ਹੈ। ਵਿਧਾਇਕਾਂ ਨੇ ਮੰਗ ਕੀਤੀ ਹੈ ਕਿ ਇਸ ਵਾਰ ਵਿਧਾਨ ਸਭਾ ਦੇ ਸਰਦਰੁੱਤ ਇਜਲਾਸ ਦੇ ਵਿੱਚ ਸੜਕੀ ਹਾਦਸਿਆਂ ਤੇ ਵਿਸ਼ੇਸ਼ ਬਹਿਸ ਕੀਤੀ ਜਾਵੇ। ਇਸ ਮਾਮਲੇ ਦੇ ਵਿੱਚ ਸੁਝਾਅ ਵੀ ਪੇਸ਼ ਕੀਤੇ ਗਏ ਨੇ ਕਿ ਸੜਕੀ ਸੁਰੱਖਿਆ ਅਥਾਰਟੀ ਬਣਾਈ ਜਾਵੇ ਜਿਸ ਵਿੱਚ ਸੜਕੀ ਸੁਰੱਖਿਆ ਪਾਲਿਸੀ ਦੀ ਸਿਫਾਰਸ਼ ਤੁਰੰਤ ਲਾਗੂ ਹੋਣੀ ਚਾਹੀਦੀ ਹੈ। ਜੇ ਉਧਰ ਸਾਂਸਦਾਂ ਦੇ ਇਤਰਾਜ਼ਯੋਗ ਬਿਆਨਾਂ ਦੇ ਕਾਰਨ ਮੋਦੀ ਸਰਕਾਰ ਵਿਰੋਧੀਆਂ ਦੇ ਨਿਸ਼ਾਨੇ ਤੇ ਹੈ। ਪਹਿਲਾਂ ਸਾਧਵੀ ਨਿਰੰਜਨ ਜੋਤੀ ਦੀ ਇਤਰਾਜ਼ਯੋਗ ਟਿੱਪਣੀ ਦਾ ਮਾਮਲਾ ਤੇ ਹੁਣ ਸਾਕਸ਼ੀ ਮਹਾਰਾਜ। ਭਾਜਪਾ ਦੇ ਸੰਸਦ ਮੈਂਬਰ ਸਾਕਸ਼ੀ ਮਹਾਰਾਜ ਦੇ ਵੱਲੋਂ ਮਹਾਤਮਾ ਗਾਂਧੀ ਦੇ ਹਤਿਆਰੇ ਨੱਥੂ ਰਾਮ ਗੋਡਸੇ ਦੀ ਪ੍ਰਸ਼ੰਸਾ ਵਿਰੋਧੀਆਂ ਦੇ ਗਲੇ ਨਹੀਂ ਉਤਰ ਰਹੀ। ਹਾਲਾਂਕਿ ਗੋਡਸੇ ਨੂੰ ਦੇਸ਼ ਭਗਤ ਦੱਸਣ ਤੋਂ ਬਾਅਦ ਸਾਕਸ਼ੀ ਮਹਾਰਾਜ ਆਪਣੇ ਬਿਆਨ ਤੋਂ ਪਲਟ ਗਏ ਨੇ। ਭਾਵੇਂ ਸਾਕਸ਼ੀ ਮਹਾਰਾਜ ਨੇ ਆਪਣੇ ਬਿਆਨ ਤੇ ਖੇਦ ਜ਼ਾਹਰ ਕੀਤਾ ਪਰ ਵਿਰੋਧੀ ਧਿਰਾਂ ਸ਼ਾਂਤ ਬੈਠਣ ਦੇ ਰੋਂ ਵਿੱਚ ਦਿਖਾਈ ਨਹੀਂ ਦੇ ਰਹੀਆਂ। सारी मीडिया में सारे अखबारों में बात आ गई। मेरे मित्रों के पास में कोई मुद्दा नहीं है तो खामखा ये मुद्दा उठाते हैं। मुझे लगता है हम आहा भी भरते हैं तो हो जाते हैं बदनाम। तुम्हें कत्ल भी करो तो यहाँ चर्चा नहीं होती, हमने वहीं के वहीं वापस ले लिया था। मेरे मित्र सुनो, आपको सुनना पड़ेगा मेरी बात को। महात्मा गांधी की हत्या गोडसे ने की होगी तब की होगी, पर महात्मा गांधी की हत्या 1984 में तब की जब आपने सिखों का कत्लेआम इस हिंदुस्तान में किया था। मैं अपने शब्दों में वापस लेता हूं। ते आम आदमी नु एक बार फिर तो राहत मिल सकती है। खबर है कि पेट्रोल ते डीजल दीआं कीमतां दे विच मुड़ तों कटौती दा ऐलान हो सकदा है।
ਦਰਅਸਲ ਕੱਚੇ ਤੇਲ ਦੀਆਂ ਕੀਮਤਾਂ ਦੇ ਵਿੱਚ ਲਗਾਤਾਰ ਕਮੀ ਆ ਰਹੀ ਹੈ, ਜਿਸ ਦੇ ਕਾਰਨ ਅੰਤਰਰਾਸ਼ਟਰੀ ਬਾਜ਼ਾਰ ਦੇ ਵਿੱਚ ਘਟਦੀਆਂ ਕੀਮਤਾਂ ਦਾ ਅਸਰ ਪੈਟਰੋਲ ਅਤੇ ਡੀਜ਼ਲ ਦੇ ਭਾਅ ਤੇ ਪੈ ਸਕਦਾ ਹੈ। ਇੱਕ ਪਾਸੇ ਜਿੱਥੇ ਯੂਰਪ ਅਤੇ ਜਾਪਾਨ ਦੇ ਵਿੱਚ ਆਰਥਿਕ ਹਾਲਤ ਖਰਾਬ ਦੱਸੀ ਜਾ ਰਹੀ ਹੈ, ਉੱਥੇ ਚੀਨ ਦੇ ਵਿੱਚ ਵੀ ਵਿਕਾਸ ਦੀ ਰਫ਼ਤਾਰ ਹੌਲੀ ਹੋਣ ਦੇ ਸੰਕੇਤ ਨੇ। ਕੱਚੇ ਤੇਲ ਦੀਆਂ ਕੀਮਤਾਂ $60 ਪ੍ਰਤੀ ਬੈਰਲ ਹੋਣ ਦੇ ਸੰਕੇਤਾਂ ਦੇ ਕਾਰਨ ਜਿੱਥੇ ਅਮਰੀਕਾ ਦੇ ਵਿਕਾਸ ਤੇ ਪ੍ਰਭਾਵ ਪਵੇਗਾ, ਉੱਥੇ ਭਾਰਤ ਦੇ ਵਿੱਚ ਵੀ ਇਸ ਦਾ ਅਸਰ ਵੇਖਣ ਨੂੰ ਮਿਲੇਗਾ। ਭਾਵੇਂ ਸਭ ਦੇ ਅਸਰ ਦੇ ਕਾਰਨ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਦੇ ਵਿੱਚ ਕਮੀ ਦਾ ਐਲਾਨ ਹੋ ਸਕਦਾ, ਪਰ ਵਿਸ਼ਵ ਪੱਧਰ ਤੇ ਵਾਧਾ ਘੱਟ ਹੋਣ ਕਾਰਨ ਭਾਰਤ ਦੇ ਨਿਰਯਾਤ ਦੇ ਵਿੱਚ ਕਮੀ ਆ ਸਕਦੀ ਹੈ। ਜੇ ਅਗਲੀ ਖਬਰ ਦਿੱਲੀ ਤੋਂ ਹੈ, ਜਿੱਥੇ ਮਯੂਰ ਵਿਹਾਰ ਫੇਜ਼ 3 ਦੇ ਇਲਾਕੇ ਦੇ ਵਿੱਚ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਦੀ ਕਾਰ ਸੇਵਾ ਸ਼ੁਰੂ ਹੋ ਗਈ ਹੈ। ਗੁਰਦੁਆਰਾ ਸਾਹਿਬ ਦੀ ਕਾਰ ਸੇਵਾ ਦੀ ਸ਼ੁਰੂਆਤ ਬਾਬਾ ਬਚਨ ਸਿੰਘ ਜੀ ਕਾਰ ਸੇਵਾ ਦਿੱਲੀ ਵਾਲਿਆਂ ਨੇ ਆਪਣੇ ਘਰ ਕਮਲਾਂ ਦੇ ਨਾਲ ਟੱਕ ਲਗਾ ਕੇ ਕੀਤੀ। ਇਸ ਮੌਕੇ ਰੱਖੇ ਸਾਦੇ ਕੀਰਤਨ ਸਮਾਗਮ ਦੇ ਉਪਰੰਤ ਸੰਗਤਾਂ ਦੀ ਹਾਜ਼ਰੀ ਦੇ ਵਿੱਚ ਕਾਰ ਸੇਵਾ ਦਾ ਸ਼ੁਭ ਆਰੰਭ ਕੀਤਾ ਗਿਆ। ਇਸ ਦੌਰਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਦਰਸ਼ਨ ਸਿੰਘ ਵੀ ਮੌਜੂਦ ਸਨ, ਜਿਨ੍ਹਾਂ ਬਾਬਾ ਬਚਨ ਸਿੰਘ ਜੀ ਦਾ ਤਹਿ ਦਿਲੋਂ ਧੰਨਵਾਦ ਕੀਤਾ। ਖੁਸ਼ੀ ਹੋ ਰਹੀ ਹੈ ਕਿ ਬਾਬਾ ਜੀ ਨੇ ਇੱਥੇ ਦਰਸ਼ਨ ਦਿੱਤੇ ਹਨ ਤੇ ਬਾਬਾ ਜੀ ਨੇ ਟੱਕ ਲਗਾਇਆ ਹੈ ਤੇ ਮੈਨੂੰ ਬਹੁਤ ਹੀ ਖੁਸ਼ੀ ਹੋ ਰਹੀ ਹੈ। ਮੈਂ ਉਹਨੂੰ ਬਿਆਨ ਵੀ ਨਹੀਂ ਕਰ ਸਕਦਾ। ਕਈ ਸਾਲਾਂ ਦੀ ਸੰਗਤ ਦੀ ਇੱਥੋਂ ਜਿਹੜੀ ਤਪੱਸਿਆ ਸੀ ਉਹ ਅੱਜ ਪੂਰੀ ਹੋਣੇ ਜਾ ਰਹੀ ਹੈ, ਹੋਣ ਵਾਸਤੇ ਜਾ ਰਹੀ ਹੈ। ਮਹਾਰਾਜ ਨੇ ਸਾਡੇ 'ਤੇ ਕਿਰਪਾ ਕੀਤੀ ਹੈ। ਮੇਰੇ ਇਲਾਕੇ ਵਿੱਚ ਮਯੂਰ ਵਿਹਾਰ ਫੇਜ਼ 3 ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਉਹਦਾ ਨੀਂਹ ਪੱਥਰ ਰੱਖਣ ਵਾਸਤੇ ਅੱਜ ਬਾਬਾ ਬਚਨ ਸਿੰਘ ਜੀ ਨੇ ਆਪ ਆਪਣੇ ਘਰ ਕਮਰਾਂ ਨਾਲ ਉਹਦਾ ਟੱਕ ਲਾਇਆ ਹੈ ਅਤੇ ਬਹੁਤ ਜਲਦੀ ਹੀ ਸਾਨੂੰ ਪਤਾ ਹੈ ਜਿੱਥੇ ਬਾਬਾ ਜੀ ਦੀ ਕਿਰਪਾ ਹੋ ਜਾਂਦੀ ਹੈ ਅਕਾਲ ਪੁਰਖ ਉੱਥੇ ਆਪਣੇ ਆਪ ਸਹਾਈ ਹੁੰਦੇ ਹੈ ਅਤੇ ਉਹ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਬਹੁਤ ਜਲਦੀ ਤਿਆਰ ਹੋ ਜਾਂਦੀ। ਜੀ, ਉੱਧਰ UAE ਦੁਬਈ ਵਿਖੇ ਅਲਾਇਨ ਗੁਰਦੁਆਰਾ ਸਾਹਿਬ ਵਿਖੇ ਧਾਰਮਿਕ ਸਮਾਰੋਹ ਕਰਵਾਇਆ ਗਿਆ, ਜਿਸ ਦੇ ਵਿੱਚ ਭਾਈ ਸੁਰਿੰਦਰ ਸਿੰਘ ਜੀ ਗੋਰੀ ਦੁਬਈ ਵਾਲਿਆਂ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ। ਇਸ ਮੌਕੇ ਵੱਡੀ ਗਿਣਤੀ ਦੇ ਵਿੱਚ ਸ਼ਰਧਾਲੂ ਸੰਗਤਾਂ ਵੀ ਨਤਮਸਤਕ ਹੋਈਆਂ। ਇਸ ਦੌਰਾਨ ਭਾਈ ਸੁਰਿੰਦਰ ਸਿੰਘ ਗੋਰੀ ਨੇ ਸੰਗਤਾਂ ਦੇ ਨਾਲ ਧਾਰਮਿਕ ਵਿਚਾਰਾਂ ਦੀ ਸਾਂਝ ਪਾਈ। ਸਮਾਗਮ ਦੇ ਉਪਰੰਤ ਭਾਈ ਸੁਰਿੰਦਰ ਸਿੰਘ ਗੋਰੀ ਜੀ ਨੂੰ ਗੁਰਦੁਆਰਾ ਪ੍ਰਬੰਧਕਾਂ ਦੇ ਵੱਲੋਂ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਦੇ ਕੇ ਵੀ ਨਿਵਾਜਿਆ ਗਿਆ। ਸੀਗਾ ਜਿੱਤੇ ਵੀ ਸੀਗੇ ਉਹ ਲੜਦੇ ਸੀਗੇ ਧਰਮ ਦੇ ਲਈ, ਉਹ ਲੜਦੇ ਸੀਗੇ ਜ਼ੁਲਮ ਦੇ ਖਿਲਾਫ, ਉਹਨਾਂ ਨੇ ਆਪਣੇ ਕਦੇ ਹਕੂਕਾਂ ਦੇ ਲਈ ਨਹੀਂ ਲੜੇ ਹੈਗੇ। ਅੱਜ ਵੀ ਦੇਖ ਲਓ ਖਾਲਸਾ ਕਿਤੇ ਵੀ ਹੈਗਾ ਕਿ ਕਸ਼ਮੀਰ ਦੇ ਵਿੱਚ ਦੇਖ ਲਓ ਕਿਤਨੀ ਵੀ ਬਾੜ ਆਈ ਹੈਗੀ ਹੈ। ਦਾਸ ਵੀ ਪਿੱਛੇ ਜੇ ਪੰਜਾਬ ਦੇ ਵੀ ਸੀਗਾ ਅਤੇ ਕਸ਼ਮੀਰ ਵੀ ਗਿਆ ਹੈਗਾ ਆ। ਇਹ ਚੜ੍ਹਦੀ ਕਲਾ ਟੀਮ ਦੇ ਜਿਹੜੇ ਦਰਦੀ ਪਰਿਵਾਰ ਹੈਗਾ ਆ ਉਹ ਵੀ ਦਾਸ ਪੂਰੇ ਪਰਿਵਾਰ ਦੇ ਨਾਲ ਉੱਥੇ ਗਿਆ ਸੀਗਾ। ਸ਼੍ਰੋਮਣੀ ਕਮੇਟੀ ਅੰਮ੍ਰਿਤਸਰ ਵਾਲੇ, ਦਿੱਲੀ ਕਮੇਟੀ ਦੇ ਉੱਤੋਂ ਹੋਰ ਵੀ ਬਾਬਾ ਬੁੱਢਾ ਦਲ ਤੋਂ ਜਿੱਤੇ ਵੀ ਸੀਗੇ, ਕਾਫੀ ਮਹਾਂਪੁਰਖ ਉੱਥੇ ਗਏ ਨੇ ਜਾ ਕੇ, ਕਿਉਂਕਿ ਸਿੱਖ ਦੇ ਅੰਦਰ ਦਿਲ 'ਚ ਪੀੜਾ ਹੈਗੀ ਹੈ। ਉਹ ਆਪਣੇ ਪਰਿਵਾਰ ਦੇ ਨਹੀਂ ਕਹਿੰਦਾ ਹੈਗਾ, ਉਹ ਕਹਿੰਦਾ ਕਿ ਮੇਰੇ ਦੂਜੇ ਭਰਾਵਾਂ ਮੇਰੇ, ਚਾਹੇ ਮੇਰੀ ਜਮਾਤ ਆਪਣੇ ਦਾ, ਕਿ ਮੁਸਲਮਾਨ ਵੀਰ ਹੈ, ਕੋਈ ਹਿੰਦੂ ਵੀਰ ਹੈ, ਕੋਈ ਵੀ ਹੈਗਾ ਆ। ਸਿੱਖ ਨੇ ਸ਼੍ਰੀ ਹਰਿਮੰਦਰ ਸਾਹਿਬ 'ਤੇ ਰੋਜ਼ ਲੱਖਾਂ ਪ੍ਰਾਣੀ ਦੇ ਲੰਗਰ ਬਣਾ ਕੇ ਭੇਜਿਆ ਔਰ ਭੇਜ ਰਿਹਾ ਹੈਗਾ ਆ। ਅਤੇ ਅਗਲੀ ਖਬਰ ਖੇਡ ਮੈਦਾਨ ਤੋਂ ਹੈ। ਭਾਰਤੀ ਪੁਰਸ਼ ਹਾਕੀ ਟੀਮ ਦੇ ਵਿੱਚ ਏਸ਼ੀਆ ਕੱਪ ਜਿੱਤਣ ਤੋਂ ਮਗਰੋਂ ਨਵਾਂ ਜੋਸ਼ ਵੇਖਣ ਨੂੰ ਮਿਲ ਰਿਹਾ। ਚੈਂਪੀਅਨਸ ਟਰਾਫੀ ਮੁਕਾਬਲਿਆਂ ਦੇ ਵਿੱਚ ਨੀਦਰਲੈਂਡ ਨੂੰ ਕਰਾਰੀ ਹਾਰ ਦੇਣ ਤੋਂ ਬਾਅਦ ਹੁਣ ਭਾਰਤ ਨੇ ਬੈਲਜੀਅਮ ਨੂੰ ਵੀ ਹਾਰ ਦਾ ਮੂੰਹ ਵਿਖਾਇਆ। ਚੈਂਪੀਅਨਸ ਟਰਾਫੀ ਦੇ ਕੁਆਟਰ ਫਾਈਨਲ ਮੁਕਾਬਲੇ ਦੇ ਵਿੱਚ
ਭਾਰਤ ਨੇ ਬੈਲਜੀਅਮ ਨੂੰ 4-2 ਦੇ ਫਰਕ ਨਾਲ ਹਰਾ ਕੇ ਸੈਮੀਫਾਈਨਲ ਦੇ ਵਿੱਚ ਜਗ੍ਹਾ ਬਣਾ ਲਈ ਹੈ। ਭਾਰਤ ਦੀ ਹੁਣ ਅਗਲੀ ਟੱਕਰ ਕੱਲ੍ਹ ਪਾਕਿਸਤਾਨ ਦੇ ਨਾਲ ਹੋਵੇਗੀ, ਜਿਸ ਵਿੱਚ ਭਾਰਤ ਆਪਣੀ ਜੇਤੂ ਲੈ ਬਰਕਰਾਰ ਰੱਖਣ ਦੇ ਲਈ ਮੈਦਾਨ ਵਿੱਚ ਉਤਰੇਗਾ। ਕਪਤਾਨ ਸਰਦਾਰਾ ਸਿੰਘ ਦੀ ਅਗਵਾਈ ਵਾਲੀ ਹਾਕੀ ਟੀਮ ਦੇ ਇਸ ਜੋਸ਼ ਤੋਂ ਹਾਕੀ ਪ੍ਰੇਮੀ ਵੀ ਖਾਸੇ ਉਤਸ਼ਾਹਿਤ ਨਜ਼ਰ ਆ ਰਹੇ ਨੇ। ਸੋ ਪੰਜਾਬੀ ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਫਿਲਹਾਲ ਨੇ, ਪਰ ਜਾਂਦੇ ਜਾਂਦੇ ਤੁਹਾਨੂੰ ਛੱਡ ਜਾਂਦੇ ਹਾਂ ਖਬਰਾਂ ਫਟਾਫਟ ਦੇ ਨਾਲ।